हां सत श्री अकाल, मैं हां नवीन कुमार आनंद कोचिंग सेंटर कोटपुरा तो सो ਤੁਹਾਡੇ ਸਾਰਿਆਂ ਲਈ ਲੈ ਕੇ ਆਇਆ ਇੱਕ ਆਸਾਨ ਜਿਹੀ ਵੀਡੀਓ ਜਿਨਾਂ ਨਾਲ ਤੁਸੀਂ ਇੰਗਲਿਸ਼ ਬਹੁਤ ਹੀ ਆਸਾਨ ਤਰੀਕੇ ਨਾਲ ਸਿੱਖ ਸਕਦੇ ਹੋ। ਸੋ ਕਰਦੇ ਹਾਂ ਸ਼ੁਰੂਆਤ ਇਸ ਵੀਡੀਓ ਦੀ। ਸੋ ਇਸ ਮੈਥਡ ਦਾ ਨਾਮ ਹੈ ਐਰੋ ਮੈਥਡ। ਹਾਂਜੀ, ਇਸ ਮੈਥਡ ਵਿੱਚ ਕਰਨਾ ਕੀ ਹੁੰਦਾ, ਤੁਸੀਂ ਇੱਕ ਆਸਾਨ ਜਿਹਾ ਸੈਂਟੈਂਸ ਪਹਿਲਾਂ ਲੈ ਕੇ ਚੱਲਦੇ ਆਂ ਆਪਾਂ ਪੰਜਾਬੀ ਦੇ ਵਿੱਚ। ਓਕੇ, ਸੋ ਲੈਟ ਮੀ ਰਾਈਟ ਅ ਸੈਂਟੈਂਸ ਹੇਅਰ। ਮੈਂ ਹਰ ਰੋਜ਼ ਚਾਹ ਪੀਂਦਾ ਹਾਂ। ਓਕੇ, ਸੋ ਜੇ ਤੁਹਾਡੇ ਮਨ ਵਿੱਚ ਇੱਕ ਛੋਟਾ ਜਿਹਾ ਸੈਂਟੈਂਸ ਹੁੰਦਾ ਇਸ ਤਰ੍ਹਾਂ ਪੰਜਾਬੀ ਦੇ ਵਿੱਚ, ਤੁਸੀਂ ਇਸ ਨੂੰ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰਨਾ ਚਾਹੁੰਦੇ ਹੋ ਤਾਂ ਇੱਕ ਈਜ਼ੀ ਮੈਥਡ ਹੈ। ਮੈਥਡ ਵਿੱਚ ਕਰਨਾ ਹੈ ਕਿ ਤੁਸੀਂ ਪਹਿਲਾਂ ਸੈਂਟੈਂਸ ਦੀ ਪਹਿਚਾਣ ਰੱਖਣੀ ਹੈ। ਲਾਈਕ ਇੱਥੇ ਆਪਣੇ ਕੋਲ ਦਾ ਆ ਗਿਆ, ਇਹ ਪ੍ਰੈਜ਼ੈਂਟ ਸਿੰਪਲ ਦੀ ਪਹਿਚਾਣ ਹੁੰਦੀ ਹੈ। ਸੋ ਪ੍ਰੈਜ਼ੈਂਟ ਸਿੰਪਲ ਸੈਂਟੈਂਸ ਵਿੱਚ ਹੁਣ ਤੁਸੀਂ ਕਰਨਾ ਕੀ ਹੈ, ਇਹਨਾਂ ਜਿਹੜਾ ਨਾਮ ਵੀ ਚੀਜ਼ ਹੋਊਗੀ ਜਸਟ ਇਹ ਹੋਊਗਾ ਤੁਹਾਡਾ ਵਰਬ, ਜਿਹਨੂੰ ਆਪਾਂ ਕਹਿੰਦੇ ਹਾਂ ਕੰਮ। ਲਾਈਕ ਮੈਂ ਹਰ ਰੋਜ਼ ਚਾਹ ਪੀਂਦਾ ਹਾਂ, ਇਸ ਸੈਂਟੈਂਸ ਵਿੱਚ ਆਪਣਾ ਕੰਮ ਕੀ ਹੋਇਆ, ਪੀਣਾ। ਸੋ ਦੈਟਸ ਇਟ, ਆਪਣਾ ਕੰਮ ਹੋ ਗਿਆ ਵਰਬ ਪੀਣਾ। ਐਂਡ ਇਹ ਕੰਮ ਕੌਣ ਕਰ ਰਿਹਾ, ਉਹ ਆਪਣਾ ਹੋਊਗਾ ਸਬਜੈਕਟ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਕਰਤਾ। ਸੋ ਆਪਾਂ ਨੂੰ ਹੁਣ ਦੋ ਚੀਜ਼ਾਂ ਲੱਭ ਗਈਆਂ ਸੈਂਟੈਂਸ ਦੇ ਵਿੱਚ, ਇੱਕ ਕੰਮ ਤੇ ਇੱਕ ਕਰਤਾ। ਠੀਕ ਹੈ, ਸੋ ਹੁਣ ਤੁਸੀਂ ਕਰਨਾ ਕੀ ਹੈ, ਇੱਕ ਨੰਬਰਿੰਗ ਅਸਾਈਨ ਕਰਨੀ ਹੈ। ਨੰਬਰਿੰਗ ਅਸਾਈਨ ਇਸ ਤਰ੍ਹਾਂ ਕਰਨੀ ਹੈ ਕਿ ਤੁਸੀਂ ਪਹਿਲੇ ਨੰਬਰ ਤੇ ਇਸ ਸਬਜੈਕਟ ਨੂੰ ਰੱਖਣਾ, ਦੂਸਰੇ ਨੰਬਰ ਤੇ ਇਸ ਵਰਬ ਨੂੰ ਰੱਖਣਾ ਹੈ। ਐਂਡ ਉਸ ਤੋਂ ਬਾਅਦ ਜਿਸ ਤੁਸੀਂ ਇੱਕ ਐਰੋ ਕ੍ਰੀਏਟ ਕਰਨੀ ਹੈ, ਜਿਹਦਾ ਨਾਮ ਐਰੋ ਮੈਥਡ ਤੋਂ ਪਿਆ। ਸੋ ਦੋ ਤੋਂ ਲੈ ਕੇ ਇੱਕ ਤੱਕ ਐਰੋ ਕ੍ਰੀਏਟ ਕੀਤੀ, ਜੋ ਵੀ ਚੀਜ਼ ਰਸਤੇ ਵਿੱਚ ਆ ਰਹੀ ਹੈ ਉਹਨਾਂ ਨੂੰ ਮਾਰਕ ਕਰ ਲੈਣਾ, ਨੰਬਰਿੰਗ ਅਸਾਈਨ ਕਰਨੀ ਹੈ। ਸੋ ਪਹਿਲੇ ਤੇ ਮੈਂ ਆਇਆ, ਉਸ ਤੋਂ ਬਾਅਦ ਪੀਣਾ ਆਇਆ, ਫਿਰ ਉਸ ਤੋਂ ਬਾਅਦ ਤਿੰਨ ਨੰਬਰ ਤੇ ਆਪਣੇ ਕੋਲ ਆਇਆ ਚਾਹ, ਦੈਨ ਉਸ ਤੋਂ ਬਾਅਦ ਹਰ ਰੋਜ਼ ਚੌਥੇ ਨੰਬਰ ਤੇ। ਸੋ ਲੈਟ ਮੀ ਰਾਈਟ ਅ ਸੈਂਟੈਂਸ ਇਨ ਇੰਗਲਿਸ਼। ਪਹਿਲੇ ਨੰਬਰ ਤੇ ਮੈਂ ਮੀਨਸ ਆਈ, ਉਸ ਤੋਂ ਬਾਅਦ ਪੀਣਾ ਡਰਿੰਕ, ਦੈਨ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਆਪਣੇ ਕੋਲ ਆਇਆ ਚਾਹ, ਇਹਨੂੰ ਆਪਾਂ ਕਹਾਂਗੇ ਟੀ। ਐਂਡ ਲਾਸਟ ਤੇ ਆਪਣੇ ਕੋਲ ਹੈਗਾ ਹਰ ਰੋਜ਼, ਮਤਲਬ ਐਵਰੀ ਡੇ। ਸੋ ਇਹ ਹੋ ਗਿਆ ਤੁਹਾਡਾ ਇਸ ਪੰਜਾਬੀ ਸੈਂਟੈਂਸ ਦੀ ਟ੍ਰਾਂਸਲੇਸ਼ਨ ਇੰਗਲਿਸ਼ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ, ਜਿਹਦੇ ਵਿੱਚ ਤੁਸੀਂ ਜਸਟ ਇੱਕ ਮੈਥਡ ਨੂੰ ਯੂਜ਼ ਕੀਤਾ। ਆਈ ਡਰਿੰਕ ਟੀ ਐਵਰੀ ਡੇ, ਮੈਂ ਹਰ ਰੋਜ਼ ਚਾਹ ਪੀਂਦਾ ਹਾਂ। ਹਾਂਜੀ, ਸੋ ਇਹ ਮੈਥਡ ਤੁਸੀਂ ਹੁਣ ਐਗਜ਼ਾਮਪਲ ਵੇਖ ਲਈ ਹੈ ਵੀ ਆਪਾਂ ਕਿਵੇਂ ਇਸ ਮੈਥਡ ਨੂੰ ਯੂਜ਼ ਕੀਤਾ। ਇਸ ਮੈਥਡ ਵਿੱਚ ਇੱਕ ਥੋੜ੍ਹੀ ਜਿਹੀ ਕਮੀ ਆ, ਉਹ ਕੀ ਹੈ ਵੀ ਤੁਸੀਂ ਵਰਬ ਦੇ ਨਾਲ, ਸੋਰੀ, ਜਿਹੜੇ ਸਬਜੈਕਟ ਦੇ ਨਾਲ ਵਰਬ ਯੂਜ਼ ਕਰਨੀ ਹੁੰਦੀ ਉਹਦੇ ਨਾਲ ਐਸ ਜਾਂ ਈਐਸ ਵੀ ਲਗਾਉਣਾ ਹੁੰਦਾ। ਸੋ ਉਹਨੂੰ ਲਗਾਉਣ ਦਾ ਤਰੀਕਾ ਕੀ ਆ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਇਸ ਵੀਡੀਓ ਵਿੱਚ। ਸੋ ਤੁਸੀਂ ਪਹਿਲਾਂ ਸਬਜੈਕਟ ਲਿਖਿਆ ਸੀ ਪਹਿਲੇ ਨੰਬਰ ਤੇ, ਉਸ ਤੋਂ ਬਾਅਦ ਉਹਨਾਂ ਨੂੰ ਵਰਬ ਅਸਾਈਨ ਕੀਤੀ ਸੀ। ਸੋ ਜੋ ਇਹ ਪੇਅਰ ਹੋਊਗਾ ਤੁਹਾਡਾ ਸਬਜੈਕਟ ਅਤੇ ਵਰਬ ਦਾ, ਉਹਦੇ ਵਿੱਚ ਆਪਾਂ ਇੱਕ ਐਸ ਜ਼ਰੂਰ ਲਗਾਉਣੀ ਹੈ। ਵਿਚ ਮੀਨਸ ਜੇ ਆਪਣਾ ਸਬਜੈਕਟ ਸਿੰਗੂਲਰ ਹੈ, ਇਟ ਮੀਨਸ ਇਹਦੇ ਵਿੱਚ ਐਸ ਨਹੀਂ ਹੈਗੀ। ਸੋ ਆਪਾਂ ਵਰਬ ਦੇ ਨਾਲ ਐਸ ਮਾਰਕ ਕਰ ਦਾਂਗੇ ਜਾਂ ਫਿਰ ਈ ਐਸ ਮਾਰਕ ਕਰ ਦਾਂਗੇ। ਐਂਡ ਆਪੋਜ਼ਿਟ ਇਨ ਕੇਸ ਆਫ ਪਲੂਰਲ ਫਾਰਮ, ਜੇ ਤੁਹਾਡੀ ਪਲੂਰਲ ਫਾਰਮ ਆ ਜਾਂਦੀ ਹੈ ਸਬਜੈਕਟ ਦੀ, ਮੀਨਸ ਦੇ, ਵੇ, ਕਾਫੀ ਸਾਰੀ ਕੰਪਨੀਆਂ ਦੇ ਨੇਮ, ਹਨਾ, ਕੁਛ ਇਸ ਤਰ੍ਹਾਂ ਆਪਣੇ ਕੋਲ ਸਬਜੈਕਟ ਬਣ ਜਾਂਦਾ, ਦੈਨ ਆਪਾਂ ਫਿਰ ਜਿਹੜੀ ਵਰਬ ਹੈਗੀ ਆ ਉਹਨੂੰ ਸਿੰਗੂਲਰ ਹੀ ਰੱਖਾਂਗੇ। ਵਿਚ ਮੀਨਸ ਇਹਨਾਂ ਨਾਲ ਆਪਾਂ ਐਸ ਜਾਂ ਈ ਐਸ ਮਾਰਕ ਨਹੀਂ ਕਰਾਂਗੇ। ਠੀਕ ਹੈ, ਐਗਜ਼ਾਮਪਲ ਦੇ ਲਈ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਇੱਕ ਹੋਰ। ਸੋ ਲਾਈਕ ਜੇ ਆਪਾਂ ਵੀ ਯੂਜ਼ ਕੀਤਾ, ਵੀ ਯੂਜ਼, ਇਹਦੇ ਵਿੱਚ ਐਸ ਨਹੀਂ ਲਗਾਈ ਕਿਉਂਕਿ ਵੀ ਪਲੂਰਲ ਫਾਰਮ ਆ, ਆ ਆਪਾਂ ਇੱਥੇ ਮੈਥਡ ਯੂਜ਼ ਕਰਦੇ ਹਾਂ। ਜੇ ਉੱਪਰ ਸਿਮਿਲਰ ਦੇ ਐਗਜ਼ਾਮਪਲ ਲਈਏ, ਹੀ ਯੂਜ਼ਸ, ਇਹਦੇ ਵਿੱਚ ਐਸ ਕਿਉਂ ਲਗਾਈ, ਕਿਉਂਕਿ ਇਹਦੇ ਜਿਹੜਾ ਹੀ ਸੀ ਉਹ ਸਿੰਗੂਲਰ ਸੀ। ਓਕੇ, ਸੋ ਇਹ ਆਪਣੀਆਂ ਦੋ ਐਗਜ਼ਾਮਪਲਸ ਹੋ ਗਈਆਂ। ਲੈਟ ਮੀ ਰਾਈਟ ਇਟ ਹੇਅਰ, ਪਲੂਰਲ ਫਾਰਮ ਦੀ ਐਂਡ ਸਿੰਗੂਲਰ ਫਾਰਮ ਦੀ। ਸੋ ਇਹ ਦੋ ਐਗਜ਼ਾਮਪਲਸ। ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਸੈਂਟਰ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਹੇਠ ਲਿਖੇ ਨੰਬਰਾਂ ਉੱਪਰ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਗ੍ਰਾਮਰ ਦੀ ਕਲਾਸਿਸ ਅਟੈਂਡ ਕਰਨਾ ਚਾਹੁੰਦੇ ਹੋ, ਪਲੱਸ ਟੂ ਪਾਸ ਹੋ ਐਂਡ ਆਇਲਸ ਜਾਂ ਪੀਟੀ ਕਰਨਾ ਚਾਹੁੰਦੇ ਹੋ, ਦੈਨ ਗ੍ਰਾਮਰ ਸਿੱਖਣ ਲਈ ਤੁਸੀਂ ਸਾਡੇ ਸੈਂਟਰ ਵਿਜ਼ਿਟ ਕਰ ਸਕਦੇ ਹੋ, ਆਨੰਦ ਕੋਚਿੰਗ ਸੈਂਟਰ ਕੋਟਪੁਰਾ। ਥੈਂਕ ਯੂ।